वेण बोलिया सब किछ जानदा वेण बोलिया सब किछ जानदा किस आगे कीजे अरदास किस आगे भले अमरदास गुण तेरी तेरी उपमा तुहे बन आवे निमाण्या दी मान नितान्या दी तान नथान्या दी थां नियासरिया दी आसरी नपत्या दी पत नियोत्या दी ऊप साहिब श्री गुरु अमरदास जी दे प्रकाश पुरब दिया आप सब जी नू लख लख वधाईया। अज असी प्रकाश पुरब नू समर्पित एक प्रश्न उत्तरी मुकाबला करवाने जा रहे हैं। मेरा पहला प्रश्न हर्षप्रीत कौर नूं है। बचे श्री गुरु अमरदास जी दा प्रकाश कदों अते किथे होया? 1479 ईस्वी नूं बासते जिला श्री अमृतसर साहिब। मेरा दूजा प्रश्न हरजोत सिंह नूं है। श्री गुरु अमरदास जी दे माता जी दा की नाम सी? माता सुलखनी जी। तीजा प्रश्न कशिश नु है। कशिश, श्री गुरु अमरदास जी दे पिता दा की नाम सी? श्री तेजपाल जी। चौथा प्रश्न जसमीत कौर नु है। जसमीत, श्री गुरु अमरदास जी दे पिता जी केहड़ा किता ਭਾਵ ਕਿਹੜਾ ਕੰਮ ਕਰਦੇ ਸਨ? ਖੇਤੀਬਾੜੀ ਤੇ ਦੁਕਾਨਦਾਰੀ ਦਾ। ਮੇਰਾ ਪੰਜਵਾਂ ਪ੍ਰਸ਼ਨ ਅਰਸ਼ ਨੂੰ ਹੈ। ਅਰਸ਼, ਸ੍ਰੀ ਗੁਰੂ ਅਮਰਦਾਸ ਜੀ ਦੀ ਪਤਨੀ ਦਾ ਕੀ ਨਾਮ ਸੀ? ਬੀਬੀ ਰਾਮ ਕੌਰ ਜੀ। ਮੇਰਾ ਛੇਵਾਂ ਪ੍ਰਸ਼ਨ ਹਰਜੋਤ ਸਿੰਘ ਨੂੰ ਹੈ। ਹਰਜੋਤ, ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰਾਂ ਦੇ ਕੀ ਨਾਮ ਸਨ? ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ। ਕਸ਼ਿਸ਼, ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸਪੁੱਤਰੀਆਂ ਦੇ ਕੀ ਨਾਮ ਸਨ? ਦਾਨੀ ਜੀ, ਬੀਬੀ ਭਾਨੀ ਜੀ। ਮੇਰਾ ਅੱਠਵਾਂ ਪ੍ਰਸ਼ਨ ਜਸਮੀਤ ਨੂੰ ਹੈ। ਜਸਮੀਤ, ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਬਖਸ਼ਿਸ਼ ਭਾਵ ਕਦੋਂ ਪ੍ਰਾਪਤ ਹੋਈ? ਸਨ 1552 ਈਸਵੀ ਨੂੰ। ਮੇਰਾ ਨੌਵਾਂ ਪ੍ਰਸ਼ਨ ਅਰਸ਼ ਨੂੰ ਹੈ। ਅਰਸ਼, ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਸਮੇਂ ਗੁਰਿਆਈ ਦੀ ਰਸਮ ਕਿਸ ਨੇ ਨਿਭਾਈ ਸੀ? ਬਾਬਾ ਬੁੱਢਾ ਜੀ। ਮੇਰਾ ਦਸਵਾਂ ਪ੍ਰਸ਼ਨ ਹਰਜੋਤ ਸਿੰਘ ਨੂੰ ਹੈ। ਹਰਜੋਤ, ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ? ਗੋਬਿੰਦਵਾਲ ਸਾਹਿਬ, ਜ਼ਿਲ੍ਹਾ ਤਰਨ ਤਾਰਨ। ਕਸ਼ਿਸ਼, ਸ੍ਰੀ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਸਾਹਿਬ ਵਿਖੇ ਪੌੜੀ ਕਦੋਂ ਤਿਆਰ ਕਰਵਾਈ ਸੀ? 1564 ਈ ਨੂੰ। 1564 ਈ ਨਹੀਂ, ਈਸਵੀ। ਈਸਵੀ ਬੋਲਦੀ ਹਾਂ, ਠੀਕ ਹੈ ਬੱਚੇ? ਜਸਮੀਤ, ਸ੍ਰੀ ਗੁਰੂ ਅਮਰਦਾਸ ਜੀ ਕਿੰਨਾ ਸਮਾਂ ਗੁਰਗੱਦੀ ਤੇ ਬਿਰਾਜਮਾਨ ਰਹੇ? 22 ਸਾਲ 5 ਮਹੀਨੇ। ਮੇਰਾ 13ਵਾਂ ਪ੍ਰਸ਼ਨ ਹਰਸ਼ ਨੂੰ ਹੈ। ਹਰਸ਼, ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ? ਗੁਰੂ ਜੀ ਨੇ 17 ਰਾਗਾਂ ਵਿਚ 907 ਸ਼ਬਦਾਂ ਦੀ ਰਚਨਾ ਕੀਤੀ। ਮੇਰਾ 14ਵਾਂ ਪ੍ਰਸ਼ਨ ਹਰਜੋਤ ਸਿੰਘ ਨੂੰ ਹੈ। ਹਰਜੋਤ, ਆਨੰਦ ਸਾਹਿਬ ਕਿਸ ਗੁਰੂ ਸਾਹਿਬ ਜੀ ਦੀ ਰਚੀ ਹੋਈ ਬਾਣੀ ਹੈ? ਸ੍ਰੀ ਗੁਰੂ ਅਮਰਦਾਸ ਜੀ। ਮੇਰਾ 15ਵਾਂ ਪ੍ਰਸ਼ਨ ਕਸ਼ਿਸ਼ ਨੂੰ ਹੈ। ਕਸ਼ਿਸ਼, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸਤਰੀ ਜਾਤੀ ਨੂੰ ਅਨਿਆ ਅਤੇ ਅਤਿਆਚਾਰ ਤੋਂ ਕਿਵੇਂ ਬਚਾਇਆ? ਸੰਤੀ ਪ੍ਰੰਥਾ ਅਤੇ ਪਰਦਾ ਪ੍ਰੰਥਾ ਨੂੰ ਦੂਰ ਕਰ ਕੇ। ਬੱਚੀ, ਸੰਤੀ ਪ੍ਰਥਾ ਨੀ, ਸਤੀ ਪ੍ਰਥਾ ਅਤੇ ਪਰਦਾ ਪ੍ਰਥਾ। ਮੇਰਾ ਅੰਤਿਮ ਪ੍ਰਸ਼ਨ ਜਸਮੀਤ ਕੌਰ ਨੂੰ ਹੈ। ਜਸਮੀਤ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ
सिख धर्म दे प्रचार लई कुल किन्नियां मंजियां ते किन्ने पीड़े स्थापित कीते। गुरु जी ने 22 मंजियां ते 52 पीड़े स्थापित कीते। मैनु आस है कि बच्चियां दे इन्हां उत्तरां राही आप सब जी नूं गुरु अमरदास जी दे जीवन बारे भरपूर जानकारी प्राप्त होई होवेगी। हुण सानूं इजाजत दिओ। आप सब जी दा बहुत बहुत धन्नवाद। वाहिगुरु जी का खालसा, वाहिगुरु जी की फतेह।